ਅਸਲਾਮੁਅਲੈਕੁਮ ਵੈਲਕਮ ਬੈਕ ਟੂ ਮਾਈ ਚੈਨਲ। ਅੱਛਾ ਜੀ, ਜਿਨ੍ਹਾਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਸਾਡੇ ਭਾਈ ਆਏ ਆ ਸਾਊਥ ਕੋਰੀਆ 'ਚੋਂ ਬੜੇ ਦਿਨਾਂ ਬਾਅਦ, ਅਤੇ ਅੰਮੀ ਮੇਰੀ ਇੰਨੀ ਦੂਰ ਆ ਗਈ ਆ। ਸਾਡਾ ਘਰ ਉਹ ਸਾਹਮਣੇ, ਉਹ ਉੱਧਰ ਸਾਡਾ ਘਰ ਆ ਸਾਹਮਣੇ, ਅਤੇ ਅੰਮੀ ਮੇਰੀ ਇੰਨੀ ਦੂਰ ਆ ਗਈ ਆ ਚੱਲਦੇ ਹੀ। ਇਹ ਭਾਈ ਅਤੇ ਇਹ ਅੰਮੀ, ਅੰਮੀ ਆ ਗਈ ਦੀ, ਇਹ ਦੇਖੋ ਆਪਾਂ 'ਚ ਲੱਗੇ ਮਿਲਣ। ਇਹ ਅੰਮੀ ਕਿੰਨੀ ਮੁਹੱਬਤ ਹੋ ਰਹੀ ਆ। ਇਹ ਵੀ ਮੁੰਡਾ ਆਇਆ ਆ, ਲੇਕਿਨ ਇਹ ਅਸਲ 'ਚ ਬਾਹਰੋਂ ਆਇਆ, ਇਸ ਵਜ੍ਹਾ ਤੋਂ ਇਹਦੇ ਨਾਲ ਬਹੁਤੀ ਮੁਹੱਬਤ ਹੋ ਰਹੀ ਹੈ। ਅੰਮੀ ਤਾਂ ਹੈ ਬਹੁਤ ਇਮੋਸ਼ਨਲ ਹੋਏ ਦੇ ਇਸ ਟਾਈਮ। ਖੁਸ਼ ਰੱਖੇ ਮੇਰੇ ਪੁੱਤਰ ਨੂੰ ਦੁਨੀਆ ਦੀ ਹਰ ਬਿਲਕੁਲ। ਉਹ ਚੈੱਕ ਕਰੋ ਅੰਮੀ ਇੰਨੀ ਦੂਰ ਆ ਗਈ ਸੀ। ਅੱਛਾ ਜੀ, ਇਹ ਆਬੂ ਬੈਠੇ ਦੇ ਆ ਸਾਹਮਣੇ, ਆਬੂ ਇਹ ਉਤਰੇ ਆ। ਅੱਛਾ, ਇਹ ਦਰਿਆਬ ਵੀ ਆ ਗਿਆ, ਬੱਚੇ ਵੀ ਆ ਗਏ ਆ ਪਿੰਡ ਦੇ। ਅੱਛਾ ਮਾਂ ਜੀ, ਮੇਰੇ ਨਾਲ ਵੀ ਮਿਲ ਲਓ। ਅੱਛਾ, ਇਹ ਵਾਹ 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 ਵਾਹ, ਇੱਜ਼ਤ ਦਿਲ 'ਚ ਨਹੀਂ। ਅੱਛਾ ਜੀ, ਇਹ ਅੰਮੀ, ਅੰਮੀ ਨਾਲ ਪਿਆਰ ਹੋ ਰਿਹਾ ਇਸ ਟਾਈਮ ਬਹੁਤ ਜ਼ਿਆਦਾ। ਅਤੇ ਇੱਧਰ ਇਸ ਗਰੀਬ ਬੰਦੇ ਨਾਲ ਨਾ ਕਰਿਓ ਤੁਸੀਂ, ਗਰੀਬ ਬੰਦੇ ਹਮੇਸ਼ਾ ਹੀ ਇਸ ਨਹੀਂ ਰਹਿਣਾ। ਅੱਛਾ ਜੀ, ਅੰਮੀ ਮਾਂ ਜੀ ਕੁਛ ਵੀ ਨਹੀਂ ਹੋਇਆ, ਬਿਲਕੁਲ ਮੈਂ ਦੇਖੋ ਮੇਰੀ ਅੰਮੀ ਆ ਰਹੀ ਆ। ਅੱਛਾ ਜੀ, ਅੰਮੀ ਅਤੇ ਇਹ ਆਬੂ ਬੈਠੇ ਦੇ ਅੱਗੇ। ਇਹ ਆਬੂ, ਆਬੂ ਜੀ ਕੀ ਹਾਲ ਚਾਲ ਆ? ਆਬੂ ਮੈਨੂੰ ਲੈ ਰਹੀ ਹੈ, ਕੱਢਦੇ ਰਹਿੰਦੇ ਆ। ਹੈਲੋ, ਇਹ ਆਬੂ ਬੈਠੇ ਦੇ ਅੱਗੇ। ਆਬੂ ਦੀ ਜ਼ਰਾ ਤਬੀਅਤ ਖਰਾਬ ਸੀ ਅਤੇ ਇਹ ਜੁੱਤੀ ਚੇਂਜ ਕੀਤੀ ਆ ਇੱਥੇ ਹੀ। ਇਹ ਆਬੂ ਬੈਠੇ ਦੇ ਅੱਗੇ। ਅੱਛਾ ਜੀ, ਬਲੱਡ ਪ੍ਰੈਸ਼ਰ ਦਾ ਮਸਲਾ ਹੋ ਗਿਆ ਜੀ। ਆਸਤਾ ਆਸਤਾ ਵਾਕ ਕਰਕੇ ਸਗੋ ਤੁਸੀਂ ਉੱਥੇ ਤੱਕ ਜਾਓਗੇ ਤੇ ਸਹੀ ਪਿੰਡ ਦੇ। ਹਾਂ ਸ਼ੇਰਾ, ਕੀ ਹਾਲ ਚਾਲ ਆ? ਕੀ ਨਾਮ ਆ ਤੇਰਾ? ਮੈਨੂੰ ਜਾਣਦੇ ਹੋ ਕੌਣ ਆ? ਮੈਂ ਕੀ ਨਾਮ ਆ? ਇਹ ਜਾਣਦਾ ਮੇਰਾ ਯਾਰ ਆ, ਸਿੱਖਿਆ ਮੈਨੂੰ ਜਾਣਦੇ ਆ ਸਾਰੇ। ਤੂੰ ਜਾਣਦਾ ਮੈਨੂੰ ਕੌਣ ਆ? ਮੈਂ ਚਾਚੂ ਮੁਦੱਸਰ, ਤੇਰੇ ਜੁੱਤੀਆਂ ਵੀ ਪੈਣੀਆਂ ਸੀ ਇਹਦੇ ਨਾਮ 'ਤੇ ਜਾਣਦੇ। ਇਹ ਬੇਟੀ ਕਿਹਦੀ ਆ? ਵਾਹ ਵਾਹ ਸ਼ੇਰਾ, ਸੁਣਾ ਤੂੰ ਵੀ ਵੱਡਾ ਹੋ ਗਿਆ, ਤੂੰ ਦੇਖਦਾ ਮੈਨੂੰ ਪਹਿਲੇ। ਅੱਛਾ, ਨਾ ਦੇਖ ਲੈ ਕੀ ਕਰਦਾ ਪਹਿਲਾਂ। ਮੈਂ ਕੀ ਕਰਦਾ ਪਿਆ? ਡਾਕਟਰ। ਮਾਸ਼ਾਅੱਲਾ, ਸਾਰਿਆਂ ਨੂੰ ਪਤਾ ਆ ਉਹ ਸਾਡਾ ਮਕਾਨ ਸਾਹਮਣੇ, ਇਹ ਸਾਡਾ ਘਰ ਆ ਸਾਰਾ, ਇਹ ਸਾਡੇ ਘਰ ਮਤਲਬ ਹੈ ਵੱਡਾ ਜਿਹਾ, ਅਤੇ ਇਹ ਸਾਡੀ ਜ਼ਮੀਨ ਆ ਸਾਰੀ। ਇਸ ਪੂਰੇ ਗਾਉਂ 'ਚ ਕਿਸੇ ਦੀ ਹੋਰ ਜ਼ਮੀਨ ਨਹੀਂ ਆ ਸਾਡੇ ਇਲਾਵਾ, ਹੋਰ ਵੀ ਬਾਕੀ ਹੈ ਲੇਕਿਨ ਇਹ ਸਾਡੀ ਮੇਨ ਜ਼ਮੀਨ ਹੈ। ਸਕੂਲ ਵੀ ਸਾਡੀ ਜਗ੍ਹਾ 'ਚ ਹੀ ਆ ਜਿੱਥੇ ਦਾ, ਉਹ ਦੁਕਾਨਾਂ ਸ਼ੁਕਾਨਾਂ ਹੈ ਸਾਰੀ ਫਰੰਟ ਸਾਡਾ, ਇਹ ਸੜਕ ਲੱਗਦੀ ਆ ਮੇਨ ਜਿਹੜੀ ਕਮਰਸ਼ਲ ਜ਼ਮੀਨ ਨੂੰ ਲੱਗਦੀ। ਅੱਬੂ ਨੂੰ ਛੱਡ ਕੇ ਉਹ ਦਾਦੀ ਮਨ ਬਿਠਾ ਕੇ ਜਾਂਦੇ ਆ ਪਹਿਲੇ ਇੱਥੇ, ਕਹਿੰਦੇ ਸੀ ਅਸੀਂ ਬਿਠਾ ਕੇ ਲਿਆਉਣਾ, ਫਿਰ ਅਸੀਂ ਥੋੜ੍ਹਾ ਜਿਹਾ ਸੈਰ ਕਰਵਾਉਣੀ ਆ ਦਾਦੀ ਮਨ, ਨਵੀਂ ਗੱਡੀ ਆ ਸਰ ਚੈਸ ਵਜਾ ਤੋਂ ਸਾਰੇ ਕਰਦੇ ਪਿਆ। ਇਹ ਸਾਡੀ ਦਾਦੀ ਮਾਂ, ਦਾਦੀ ਮਾਂ ਨਾਲ ਮੈਂ ਵੀ ਮਿਲ ਲਵਾਂ। ਦਾਦੀ ਮਾਂ ਮੈਨੂੰ ਭੁੱਲ ਗਈ, ਭੁੱਲ ਗਈ ਦੇ ਲਾ ਮੈਨੂੰ, ਮੈਨੂੰ ਭੁੱਲ ਗਈ ਆ ਤੂੰ, ਇਹ ਗੱਲ ਗਲਤ ਆ। ਨਹੀਂ ਦਾਦੀ ਮਾਂ, ਹੁਣ ਤੇ ਬੜੀ ਸੋਹਣੀ ਸਿਹਤ ਹੋ ਗਈ ਆ, ਦਾਦੀ ਮਾਂ ਸਿਹਤ ਤੇ ਹੁਣ ਚੰਗੀ ਪਲੀ ਤੇਰੀ ਹੋ ਗਈ ਆ। ਹੈਂ ਕੋਈ ਮਸਲਾ ਨਹੀਂ, ਇਹ ਅੰਮੀ ਵੀ ਬੈਠਣ ਲੱਗੇ ਆ ਬਾਈ ਅਲੀ, ਇਹਨਾਂ ਦੇ ਸਾਰਿਆਂ ਦੇ ਇੱਥੇ ਆ ਕੇ ਬੈਠਣਾ ਸੀ। ਅੱਛਾ ਜੀ, ਬੈਠੋ ਮਾਂ ਜੀ ਬੈਠੋ। ਦੇਖ ਲਾ ਤੇਰੇ ਨਾਲ ਕਿੰਨੀ ਮੁਹੱਬਤ ਆ ਸਾਰਿਆਂ ਦੀ, ਇੱਥੇ ਮੈਂ ਹੀ ਹਾਂ ਬਸ ਇਕੱਲਾ ਗਰੀਬ ਜਿਹਦੇ ਨਾਲ ਕਿਸੇ ਦੀ ਕੋਈ ਮੁਹੱਬਤ ਨਹੀਂ। ਮੈਂ ਥੋੜ੍ਹੀ ਜਿਹੀ ਵਾਕ ਕਰਦਾ ਆਉਂਦਾ ਆਪਣੇ ਉੱਥੇ, ਆਪ ਕੋਈ ਇਹ ਬਤਾਤਾ ਹੋਊਗਾ ਕਿ ਇਹ ਜੋ ਜ਼ਮੀਨ ਇਹ ਵਾਲੀ ਹੁਣ ਇਹ ਸਾਰੀ ਦੱਸ ਰਿਹਾ, ਡਿਸਕਸ਼ਨ ਕਰ ਰਿਹਾ ਤੇ ਕੌਣ ਕੌਣ ਫੋਤ ਹੋ ਗਿਆ ਕੌਣ ਨਹੀਂ ਮਿਲਿਆ। ਹਾਂਜੀ ਜੀ, ਇਹ ਦੁਕਾਨਾਂ ਸਾਡੀਆਂ ਸਾਰੀਆਂ, ਤੇ ਇਹ ਹੁਣ ਅਸੀਂ ਆਪਣੇ ਗਾਉਂ 'ਚ ਇੰਟਰ ਹੋਣ ਲੱਗੇ ਆ ਰਹੇ ਹਾਂ।
ਰੂਮ 'ਚ ਐਂਟਰੈਂਸ ਉਹ ਅੱਗੇ ਸਾਰੇ ਖਲੋਤੇ ਦੇ ਆ ਮੇਰੀ ਸਿਸਟਰ ਵਗੈਰਾ ਸਾਰੇ ਕਰਦੇ ਪਏ ਬਾਈ ਅਲੀ ਦਾ ਤੇ ਦੇਖੋ ਮਾਂ ਜੀ ਵੈਲਕਮ ਕਰੋ ਫਿਰ ਕਿਹਦੇ ਫੁੱਲ ਮੇਰੇ ਕੋ ਮੂੰਹ ਆਏ ਆ ਅੰਮੀ ਦਾ ਵੈਲਕਮ ਕਰਦੇ ਪਏ ਆ ਆਪਣੇ ਪੁੱਤਰ ਦਾ ਅੰਮੀ ਤੇ ਦਾਦੀ ਮਾਂ ਇਹ ਦੇਖੋ ਕਰੋ ਜੀ ਵੈਲਕਮ ਕਮਾਲ ਹੋ ਗਿਆ ਦੇਖ ਲੈ ਹਾਂਜੀ ਦਾਦੀ ਮਾਂ ਦੇਖਿਆ ਹਾਂਜੀ ਦੇਖ ਰਹੇ ਆ ਸਾਰੀ ਚੀਜ਼ਾਂ ਖੁਸ਼ਬੂ ਆ ਰਹੀ ਹੈ ਸੱਚ ਮੈਂ ਆ ਰਹੀ ਹੈ ਔਰ ਬਾਈ ਅਲੀ ਅੰਮੀ ਬੜੀ ਸੇਵਾ ਕਰਦੇ ਪਏ ਹੋ ਬਾਈ ਅਲੀ ਤੇ ਬੜੀ ਸੇਵਾ ਕਰਦੇ ਪਏ ਹੋ ਸਰਾਣੇ ਮੈਨੂੰ ਵੀ ਕੋਈ ਦੇ ਦਿਓ ਸਰਾਣਾ ਸੌਣ ਲਈ ਤੇ ਅਸੀਂ ਕੀ ਆ ਠੀਕ ਆ ਬਾਈ ਅਲੀ ਬਾਈ ਠੀਕ ਆ ਮਾਸ਼ਾਅੱਲਾ ਅਲੀ ਬਾਈ ਇਸ ਟਾਈਮ ਤੁਹਾਡੀ ਨਜ਼ਰ ਮਾਜੀ ਜ਼ਰਾ ਥੋੜ੍ਹੀ ਜਿਹੀ ਨਹੀਂ ਸੋ ਕੋਈ ਨਜ਼ਰ ਬਿਲਕੁਲ ਠੀਕ ਆ ਮਾਜੀ ਤੁਹਾਡੀ ਫੀਲ ਕਰ ਰਹੇ ਹੋ ਤੁਹਾਡਾ ਬੇਟਾ ਆਏ ਦਾ ਜੀ ਸਾਊਥ ਕੋਰੀਆ ਚੋਂ ਤੁਹਾਡੀ ਸਿਹਤ ਖਰਾਬ ਸੀ ਪਹਿਲੇ ਤੇ ਅੱਜ ਤੇ ਬੜੀ ਸਹੀ ਲੱਗਦੀ ਪਈ ਆ ਸਿਹਤ ਅਲੀ ਬਾਈ ਬਾਈ ਅਲੀ ਆਪ ਕਿਆ ਫੀਲ ਕਰ ਰਹੇ ਆ ਆਪਣੀ ਮਾਮਾ ਕੇ ਪਾਸ ਬੈਠ ਕੇ ਸਪਿਰਚੁਅਲ ਹੋ ਰਹੇ ਆ ਅਲੀ ਬਾਈ ਰੂਹਾਨੀਅਤ ਕੀ ਤਰਫ ਜਾ ਰਹੇ ਆ ਓਕੇ ਹੋ ਗਿਆ ਆਪ ਕਰੇ ਆ ਇੱਕ ਦੂਸਰੇ ਕੇ ਸਾਥ ਪਿਆਰ ਮੁਹੱਬਤ ਕੀ ਬਾਤੇ ਓਕੇ ਹੋ ਗਿਆ ਅੱਲਾ ਹਾਫਿਜ਼